ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਜੀ। ਅੱਜ ਅਸੀਂ ਪੰਜਾਬੀ ਸ਼ਾਇਰੀ ਦੀਆਂ ਜਿਹੜੀਆਂ ਸਨਫਾਂ ਨੇ ਉਹਨਾਂ ਦੀ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲੇ ਹਮਦ ਤੋਂ ਸ਼ੁਰੂ ਕਰਦੇ ਹਾਂ। ਹਮਦ ਦਾ ਪਤਾ ਹੀ ਹੈ ਸਭ ਨੂੰ ਕਿ ਇੱਕ ਐਸੀ ਨਜ਼ਮ ਹੁੰਦੀ ਹੈ ਜਿਹਦੇ ਵਿੱਚ ਅੱਲਾਹ ਤਾਲਾ ਦੀ ਤਾਰੀਫ ਬਿਆਨ ਕੀਤੀ ਜਾਏ। ਹਮਦ ਅਰਬੀ ਜ਼ਬਾਨ ਦਾ ਲਫਜ਼ ਹੈ ਜਿਹਦੇ ਲਗਵੀ ਮਾਨੀ ਤਾਰੀਫ ਦੇ ਨੇ, ਜਿਵੇਂ ਕੁਰਾਨ ਵਿੱਚ ਅਲਹਮਦੁਲਿਲਾਹ ਰੱਬਿਲ ਆਲਮੀਨ ਦਾ ਮਤਲਬ ਸਾਰੀਆਂ ਤਾਰੀਫਾਂ ਰੱਬ ਲਈ ਨੇ। ਅਦਬ ਦੀ ਇਸਤਲਾਹ ਵਿੱਚ ਇਸ ਤੋਂ ਮੁਰਾਦ ਸਿਰਫ ਅੱਲਾਹ ਪਾਕ ਦੀ ਤਾਰੀਫ ਹੈ। ਇਸ ਅੰਦਰ ਰੱਬ ਪਾਕ ਦੀ ਤੌਸੀਫ, ਕਰਮ ਦੇ ਤਜ਼ਕਰੇ, ਅਤਾਵਾਂ, ਸਿਫਤਾਂ, ਮਖਲੂਕ ਅਤੇ ਰਹਿਮਤਾਂ ਅਤੇ ਬਖਸ਼ਿਸ਼ਾਂ ਦੇ ਮੌਜ਼ੂ ਹੁੰਦੇ ਨੇ। ਸ਼ਾਇਰ ਇਹਦੇ ਰਾਹੀਂ ਆਪਣੇ ਗੁਨਾਹਾਂ ਉੱਤੇ ਤੋਬਾ ਅਤੇ ਇਸਤਗਫਾਰ ਵੀ ਕਰਦੇ ਨੇ। ਹਮਦ ਦੀ ਰਵਾਇਤ ਦੀ ਜੇ ਗੱਲ ਕੀਤੀ ਜਾਏ ਤਾਂ ਪੰਜਾਬੀ ਵਿੱਚ ਹਮਦ ਖੈਰ ਅਤੇ ਬਰਕਤ ਲਈ ਲਿਖੀ ਜਾਂਦੀ ਹੈ। ਸਾਡੇ ਤਕਰੀਬਨ ਹਰ ਸ਼ਾਇਰ ਨੇ ਹਮਦ ਲਿਖੀ, ਕਿਉਂ ਜੇ ਇਹ ਪੰਜਾਬੀ ਸ਼ਾਇਰੀ ਦੀ ਰਵਾਇਤ ਅਤੇ ਰੀਤ ਬਣ ਚੁੱਕੀ ਹੈ। ਭਈ ਸ਼ਾਇਰ ਭਾਵੇਂ ਇਸ਼ਕੀਆ ਹੋਵੇ, ਰੂਹਾਨੀ ਜਾਂ ਕਿਸੇ ਵੀ ਜਜ਼ਬੇ ਨੂੰ ਉਲੀਕਣ ਲੱਗੇ, ਉਹ ਸਭ ਤੋਂ ਪਹਿਲਾਂ ਹਮਦ, ਫਿਰ ਨਾਤ, ਫਿਰ ਮਨਕਬਤ ਅਤੇ ਫਿਰ ਆਪਣੇ ਮੌਜ਼ੂ ਵੱਲ ਆਉਂਦਾ ਹੈ। ਹਮਦ ਦਾ ਜਿਹੜਾ ਫਨ ਹੈ ਉਹਦੇ ਵਾਸਤੇ ਕੋਈ ਖਾਸ ਹਈਅਤ ਜਾਂ ਸਨਫ ਜਾਂ ਸ਼ੇਰਾਂ ਦੀ ਤਾਦਾਦ ਮੁਕਰਰ ਨਹੀਂ ਹੈਗੀ। ਹਮਦੀਆ ਸ਼ਾਇਰੀ ਹਰ ਸਨਫ ਵਿੱਚ ਲਿਖੀ ਜਾ ਸਕਦੀ ਹੈ, ਕਸੀਦੇ ਦੇ ਵਿੱਚ, ਗਜ਼ਲ ਦੀ ਸੂਰਤ 'ਚ, ਆਜ਼ਾਦ ਨਜ਼ਮ ਦੀ ਸੂਰਤ 'ਚ, ਮੌਰਾ ਨਜ਼ਮ ਦੀ ਸੂਰਤ ਦੇ ਵਿੱਚ, ਇਸੇ ਤਰ੍ਹਾਂ ਕਿੱਤੇ ਦੀ ਸੂਰਤ ਦੇ ਵਿੱਚ, ਸੀ ਹਰਫੀ, ਬਾਰਾਂਮਾਂ, ਸਤਵਾਰਾ, ਆਜ਼ਾਦ ਨਜ਼ਮ, ਕਿਸੇ ਵੀ ਤਰੀਕੇ ਨਾਲ ਹਮਦ ਲਿਖੀ ਜਾ ਸਕਦੀ ਹੈ। ਇਹਦੀ ਪਹਿਚਾਣ ਹਈਅਤ ਨਹੀਂ, ਯਾਨੀ ਟੈਕਨੀਕੈਲਿਟੀ ਦੇ ਤੌਰ 'ਤੇ ਤੁਸੀਂ ਨਹੀਂ ਪਹਿਚਾਣ ਸਕਦੇ, ਬਲਕਿ ਮੌਜ਼ੂ ਹੁੰਦਾ ਹੈ ਔਰ ਮੌਜ਼ੂ ਤੋਂ ਇਹਦੀ ਪਹਿਚਾਣ ਹੁੰਦੀ ਹੈ। ਹਰ ਸ਼ਾਇਰ ਆਪਣੀ ਮਰਜ਼ੀ ਨਾਲ ਲੰਮੀ ਯਾਨੀ ਕਿ ਹਮਦ ਲਿਖ ਸਕਦਾ ਹੈ। ਪੰਜਾਬੀ ਹਮਦ ਦਾ ਨਮੂਨਾ ਹਮਦੀਆ ਸ਼ਾਇਰੀ ਹਰ ਇੱਕ ਪੰਜਾਬੀ ਸ਼ਾਇਰ ਨੇ ਕੀਤੀ ਹੈ। ਹਵਾਲੇ ਲਈ ਦੋ ਸ਼ੇਰ ਦੇਖਦੇ ਹਾਂ। ਸਭ ਤੋਂ ਪਹਿਲਾਂ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾਹ ਅਲੈਹ ਫਰਮਾਉਂਦੇ ਨੇ, ਅਵਲ ਹਮਦ ਸਨਾ ਅਲਾਹੀ ਜੋ ਮਾਲਕ ਹਰ ਹਰ ਦਾ, ਉਸਦਾ ਨਾਮ ਚਿਤਾਰਨ ਵਾਲਾ ਹਰ ਮੈਦਾਨ ਨਾ ਹਰਦਾ। ਉਸ ਤੋਂ ਬਾਅਦ ਵਾਰਿਸ ਸ਼ਾਹ ਦਾ ਸ਼ੇਰ ਹੈ ਕਿ ਅਵਲ ਹਮਦ ਖੁਦਾ ਦਾ ਵਿਰਦ ਕੀਜੀਏ, ਇਸ਼ਕ ਕੀਤਾ ਸੋ ਜਗ ਦਾ ਮੋਲ ਮੀਆਂ। ਯਾਨੀ ਸ਼ੇਰ ਦਾ ਇੱਕ ਹੀ ਮਿਸਰਾ ਹੈ, ਇਸ ਹਮਦ ਦੇ ਬਾਰੇ 'ਚ ਹੋ ਗਿਆ। ਉਸ ਤੋਂ ਬਾਅਦ ਅਸੀਂ ਨਾਥ ਦੀ ਗੱਲ ਕਰਦੇ ਹਾਂ। ਅਤੇ ਨਾਥ ਅਰਬੀ ਜ਼ਬਾਨ ਦਾ ਅੱਖਰ ਹੈ, ਯਾਨੀ ਅਰਬੀ ਜ਼ਬਾਨ ਦਾ ਇੱਕ ਹਰਫ ਹੈ, ਜਿਹੜੀ ਫਾਰਸੀ ਰਾਹੀਂ ਪੰਜਾਬੀ ਵਿੱਚ ਚੱਪੜੀ ਹੈ। ਅਰਬੀ ਤੋਂ ਫਾਰਸੀ 'ਚ ਗਈ, ਫਾਰਸੀ ਤੋਂ ਪੰਜਾਬੀ 'ਚ ਆਈ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਸ਼ੇਰਾਂ ਰਾਹੀਂ ਦੀ ਸ਼ੇਰਾਂ ਰਾਹੀਂ ਕੀਤੀ ਗਈ ਤਾਰੀਫ ਨੂੰ ਨਾਤ ਆਖਿਆ ਜਾਂਦਾ। ਯਾਨੀ ਐਸੀ ਤਾਰੀਫ ਜਿਹਦੇ 'ਚ ਹਜ਼ੂਰ ਸੱਲੱਲਾਹੁ ਦੀ ਤਾਰੀਫ ਸ਼ਾਇਰੀ ਦੀ ਸੂਰਤ 'ਚ ਕੀਤੀ ਜਾਏ, ਉਸ ਨਜ਼ਮ ਨੂੰ ਨਾਤ ਕਿਹਾ ਜਾਏਗਾ। ਮੌਜ਼ੂ ਦੇ ਹਵਾਲੇ ਦੇ ਨਾਲ ਦੇਖਿਆ ਜਾਏ ਤਾਂ ਮਜ਼ਮੂਨ ਜਿਹੜਾ ਹੁੰਦਾ ਇਹਦਾ, ਉਹਦੇ ਵਿੱਚ ਨਾਤ ਵਿੱਚ ਸ਼ਾਇਰ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਹੁਲੀਆ ਮੁਬਾਰਕ, ਆਪ ਦੀ ਸੀਰਤ, ਇਰਸ਼ਾਦਾਤ, ਉਹਨਾਂ ਦਾ ਅੱਲਾਹ ਨਾਲ ਇਸ਼ਕ ਅਤੇ ਅੱਲਾਹ ਦਾ ਉਹਨਾਂ ਨਾਲ ਪਿਆਰ, ਮੋਹਰ, ਮੁਹੱਬਤ ਅਤੇ ਰਹਿਮਤੁਲ ਆਲਮੀਨੀ ਵਰਗੇ ਬੇਸ਼ੁਮਾਰ ਮੌਜ਼ੂਆਂ ਨੂੰ ਬਿਆਨ ਕਰਦੇ ਨੇ। ਨਾਲੇ ਮਦੀਨੇ ਸ਼ਰੀਫ ਜਾਵਣ ਦੀ ਮੁੜ ਸਿੱਖ ਆਪ ਸੱਲੱਲਾਹੁ ਅਲੈਹਿ ਵਸੱਲਮ ਵੱਲੋਂ ਇਜਾਜ਼ਤ ਅਤੇ ਬੁਲਾਵੇ ਦੇ ਮਜ਼ਮੂਨ, ਉੱਥੋਂ ਦੀ ਤੜਪ, ਵਸਾਲ ਦੀ ਸਿੱਖ, ਅਰਜ਼ ਅਤੇ ਬੇਨਤੀ ਵਗੈਰਾ ਇਹਦੇ ਖਾਸ ਮਜ਼ਮੂਨ ਹੁੰਦੇ ਨੇ। ਨਾਥ ਦਾ ਫਨ ਬਿਲਕੁਲ ਹਮਦ ਦੀ ਤਰ੍ਹਾਂ, ਹਮਦ ਵਾਂਗਰ ਨਾਥ ਵੀ ਕੋਈ ਕੈਦ ਨਹੀਂ ਹੈਗੀ ਕਿ ਕਿਸੇ ਖਾਸ ਸਨਫ 'ਚ ਲਿਖੀ ਜਾਏਗੀ। ਵੀ ਹਰ ਤਰ੍ਹਾਂ ਦੀ ਸਨਫ ਜਾਂ ਸ਼ੇਰੀ ਸੂਰਤ ਦੇ ਵਿੱਚ ਲਿਖੀ ਜਾ ਸਕਦੀ ਹੈ। ਨਾ ਹੀ ਸ਼ੇਰਾਂ ਦੀ ਕੋਈ ਤਾਦਾਦ ਮੁਕਰਰ ਹੁੰਦੀ ਹੈ, ਕਮ ਸ਼ੇਰਾਂ 'ਚ ਵੀ ਹੋ ਸਕਦੀ, ਜ਼ਿਆਦਾ ਸ਼ੇਰਾਂ 'ਚ ਵੀ ਹੋ ਸਕਦੀ ਹੈ। ਇਹ ਕਸੀਦਾ, ਗਜ਼ਲ, ਮਸਨਵੀ, ਰਬਾਈ, ਕਿੱਤਾ, ਤਰਜੀਬੰਦ, ਤਰਕੀਬੰਦ, ਆਜ਼ਾਦ, ਗਜ਼ਲ ਦੀ ਸੂਰਤ ਦੇ ਵਿੱਚ, ਮਰਾ ਨਜ਼ਮ, ਸੀ ਹਰਫੀ, ਬਾਰਾਂਮਾਂ ਵਰਗੀਆਂ ਸਨਫਾਂ ਵਿੱਚ ਲਿਖੀ ਜਾਂਦੀ ਹੈ। ਇਹਦੇ ਵਿੱਚ ਸ਼ਾਇਰ ਦੀ ਮਰਜ਼ੀ ਹੈ ਵੀ ਨਿੱਕੀ ਜਾਂ ਵੱਡੀ ਲਿਖੇ, ਨਾਲੇ ਇਹਦੀ ਪਛਾਣ ਹਈਅਤ ਨਹੀਂ ਸਗੋਂ ਮੌਜ਼ੂ ਹੁੰਦਾ ਹੈ। ਪੰਜਾਬੀ ਵਿੱਚ ਨਾਥ ਦੀ ਰਵਾਇਤ ਜੇ ਦੇਖੀ ਜਾਏ ਤਾਂ ਪੰਜਾਬੀ ਵਿੱਚ ਇਹ ਰਵਾਇਤ ਰਹੀ ਹੈ ਵੀ ਸ਼ਾਇਰ ਕਿੱਸਾ ਲਿਖੇ ਜਾਂ ਸ਼ਾਇਰੀ ਉਹਦੇ ਵਿੱਚ ਕੋਈ ਵੀ ਖਿਆਲ ਅਤੇ ਜਜ਼ਬਾ ਬਿਆਨ ਕਰ ਰਿਹਾ ਹੋਵੇ, ਉਹ ਪਹਿਲੋਂ ਹਮਦ ਅਤੇ ਫਿਰ ਨਾਥ ਕਹਿ ਕੇ ਫਿਰ ਮਨਕਬਤ ਅਤੇ ਇਸ ਤੋਂ ਮਗਰੋਂ ਅਸਲ ਮੌਜ਼ੂ ਵੱਲ ਆਉਂਦਾ ਹੈ। ਹੁਣ ਤਾਂ ਜਦੀਦ ਗਜ਼ਲ ਨਗਾਰਾਂ ਵੀ ਕਲਾਮ ਦੇ ਮੁੱਢ ਵਿੱਚ ਹਮਦ ਅਤੇ ਨਾਥ ਲਿਖਣੀ ਸ਼ੁਰੂ ਕਰ ਦਿੱਤੀ ਹੈ। ਨਾਲੇ ਬਹੁਤ ਸਾਰੇ ਗੈਰ ਮੁਸਲਮਾਨ ਵੀ ਨਾਥ ਲਿਖਦੇ ਨੇ। ਪੰਜਾਬੀ ਨਾਤਗੋ ਸ਼ਾਇਰ ਜਿਹੜੇ ਨੇ ਉਹਨਾਂ 'ਚੋਂ ਮਸ਼ਹੂਰ ਸ਼ਾਇਰ ਪੰਜਾਬੀ ਨਾਤਗੋ ਸ਼ਾਇਰਾਂ ਵਿੱਚੋਂ ਹਜ਼ਰਤ ਹਾਫਜ਼ ਬਰਖੁਰਦਾਰ ਸਚਿਆਰ, ਹਜ਼ਰਤ ਸੁਲਤਾਨ ਬਾਹੂ, ਹਜ਼ਰਤ ਖਵਾਜਾ ਗੁਲਾਮ ਫਰੀਦ, ਹਜ਼ਰਤ ਮੀਆਂ ਮੁਹੰਮਦ ਬਖਸ਼, ਗੁਲਾਮ ਰਸੂਲ ਆਲਮਪੁਰੀ, ਪੀਰ ਮਹਿਰ ਅਲੀ ਸ਼ਾਹ, ਅਲੀ ਹੈਦਰ ਮੁਲਤਾਨੀ, ਅਬਦੁਲ ਕਰੀਮ ਸਮਰ, ਹਫੀਜ਼ ਤਾਇਬ, ਪੀਰ ਫਜ਼ਲ ਗੁਜਰਾਤੀ, ਅਹਿਮਦ ਅਲੀ ਹਾਕਮ, ਪੀਰ ਨਸੀਰੁਦੀਨ ਨਸੀਰ ਅਤੇ ਰਿਆਜ਼ ਮਜੀਦ ਹੋਰਾਂ ਦੇ ਨਾਂ ਕਾਬਲੇ ਜ਼ਿਕਰ ਨੇ। ਨਮੂਨੇ ਵਾਸਤੇ ਅਸੀਂ ਹਵਾਲੇ ਦੇਖਦੇ ਹਾਂ, ਮੀਆਂ ਮੁਹੰਮਦ ਬਖਸ਼ ਰਹਿਮਤੁੱਲਾਹ ਅਲੈਹ ਦਾ ਸ਼ੇਰ ਹੈ, ਵਾਹ ਕਰੀਮ ਉਮਤ ਦਾ ਵਾਲੀ ਮਹਿਰ ਸ਼ਫਾਤ ਕਰਦਾ, ਜਿਬਰਾਈਲ ਜਿਹੇ ਜਿਸ ਚੱਕਰ ਨਬੀਆਂ ਦਾ ਸਰ ਕਰਦਾ।
ਇਸੇ ਤਰ੍ਹਾਂ ਪੀਰ ਮਹਿਰ ਅਲੀ ਸ਼ਾਹ ਦਾ ਤਾਂ ਬੜਾ ਮਸ਼ਹੂਰ ਹੈ, ਅੱਜ ਸਿੱਖ ਮਿੱਤਰਾਂ ਦੀ ਵਧੇਰੀ ਹੈ ਕਿਉਂ ਜਿੰਦੜੀ ਉਦਾਸ ਗਨੇਰੀ ਹੈ। ਇਸੇ ਤਰ੍ਹਾਂ ਤੁਸੀਂ ਹੋਰ ਵੀ ਪੰਜਾਬੀ ਨਾਤਾਂ ਦਾ ਹਵਾਲਾ ਦੇ ਸਕਦੇ ਹੋ। ਪੰਜਾਬੀ ਵਿੱਚ ਬਹੁਤ ਸਾਰੇ ਨਵੇਂ ਮੌਜੂਆਤੀ ਨਾਵਾਂ ਹੇਠ ਵੀ ਸ਼ਾਇਰਾਂ ਨੇ ਨਾਤੀਆ ਸ਼ਾਇਰੀ ਕੀਤੀ ਹੈ, ਜਿਵੇਂ ਮਰਾਜਨਾਮਾ, ਹੁਲੀਆਨਾਮਾ, ਤਨੂਰਨਾਮੇ, ਸਭੇ ਨਾਤੀਆ ਸ਼ਾਇਰੀ 'ਤੇ ਹੀ ਮੁਸ਼ਤਮਿਲ ਨੇ। ਓਕੇ ਜੀ, ਅਸਲਾਮ ਵਾਲੇਕੁਮ।